ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅੱਜ ਦੀ ਇਸ ਨਵੀਂ ਵੀਡੀਓ ਵਿੱਚ। ਅੱਜ ਗੱਲਬਾਤ ਕਰਾਂਗੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ। ਸਟੂਡੈਂਟ ਵੀਜ਼ਾ ਨੂੰ ਲੈ ਕੇ ਕੁਝ ਇੰਪੋਰਟੈਂਟ ਪੁਆਇੰਟ ਡਿਸਕਸ ਕਰਾਂਗੇ। ਸਪੈਸ਼ਲੀ ਇਸ ਗੱਲ ਤੇ ਫੋਕਸ ਰਹੇਗਾ ਕਿੰਨਾਂ ਨੂੰ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਵੀਜ਼ਾ ਦੇ ਆਪਾਂ ਗ੍ਰਾਂਟ ਰੇਸ਼ੋ ਦੇ ਹਿਸਾਬ ਨਾਲ ਜਾਂ ਵੀਜ਼ਾ ਸਕਸੈਸ ਰੇਟ ਦੇ ਹਿਸਾਬ ਨਾਲ ਅਗਰ ਕੈਲਕੂਲੇਟ ਕਰਦੇ ਹਾਂ ਤਾਂ ਕਿੱਦਾਂ ਦੇ ਪ੍ਰੋਫਾਈਲ ਹੋ ਸਕਦੇ ਨੇ ਜਿਨ੍ਹਾਂ ਵਾਸਤੇ ਆਸਟ੍ਰੇਲੀਆ ਇੱਕ ਬੈਸਟ ਕੰਟਰੀ ਹੋ ਸਕਦੀ ਹੈ ਜਾਂ ਜਿਨ੍ਹਾਂ ਨੂੰ ਅਪਲਾਈ ਕਰਨ ਬਾਰੇ ਡੈਫੀਨੇਟਲੀ ਸੋਚਣਾ ਚਾਹੀਦਾ। ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ, ਵੀਡੀਓ ਨੂੰ ਦੇਖਣ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ ਜੋ ਵੀ ਅਪਡੇਟ ਵੀਡੀਓ ਆਉਂਦੀਆਂ ਨੇ ਜਾਂ ਰੀਸੈਂਟ ਅਪਡੇਟਸ ਆਉਂਦੀਆਂ ਨੇ ਉਹ ਇਸ ਚੈਨਲ 'ਤੇ ਰੈਗੂਲਰ ਤੁਹਾਡੇ ਤੱਕ ਜਿਹੜੀਆਂ ਪਹੁੰਚਦੀਆਂ ਰਹਿਣ। ਸੋ ਸਬਸਕ੍ਰਾਈਬ ਕਰ ਲੈਣਾ ਤਾਂ ਜਿਨ੍ਹਾਂ ਨੇ ਅਪਲਾਈ ਕਰਨਾ, ਪ੍ਰੋਫਾਈਲ ਡਿਸਕਸ ਕਰਨਾ, 9041090410 'ਤੇ ਕਾਲ ਕਰ ਸਕਦੇ ਹੋ। ਸੋ ਦੋਸਤੋ, ਅਗਰ ਗੱਲਬਾਤ ਕਰਦੇ ਹਾਂ ਤਾਂ ਸਭ ਨੂੰ ਪਤਾ ਕਿ ਰਾਈਟ ਨਾਓ ਰਿਜ਼ਲਟ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਚੀਜ਼ਾਂ ਦੇ ਹੋਈਆਂ ਸੀਗੀਆਂ। ਮੈਂ ਕਈ ਵੀਡੀਓ 'ਚ ਜ਼ਿਕਰ ਕਰ ਚੁੱਕਾ, ਲਾਸਟ ਦੇ ਵਿੱਚ ਵੀ ਤੁਸੀਂ ਮੇਰੀ ਵੀਡੀਓ ਦੇਖੀ ਹੋਏਗੀ, ਤੁਸੀਂ ਮੈਂ ਗੱਲਬਾਤ ਕੀਤੀ ਸੀਗੀ ਰਿਜ਼ਲਟ ਦੇ ਸਟੇਟਸ ਨੂੰ ਲੈ ਕੇ। ਤਾਂ ਹੁਣ ਜਦੋਂ ਗੱਲਬਾਤ ਆਪਾਂ ਕਰਦੇ ਹਾਂ ਤਾਂ ਵੀਜ਼ੇ ਆ ਵੀ ਰਹੇ ਨੇ, ਬਟ ਯੈਸ, ਸਟ੍ਰੀਮਲਾਈਨ ਪ੍ਰੋਫਾਈਲ ਨੂੰ ਆਸਟ੍ਰੇਲੀਆ ਪ੍ਰੈਫਰ ਕਰ ਰਿਹਾ ਜੋ ਟ੍ਰੈਂਡ ਵੀ ਚੱਲ ਰਿਹਾ। ਹੁਣ ਸਟ੍ਰੀਮਲਾਈਨ ਪ੍ਰੋਫਾਈਲ ਕਿਹੜੇ ਨੇ, ਹੁਣ ਧਿਆਨ ਨਾਲ ਸੁਣ ਲਿਓ। ਸਟੂਡੈਂਟ ਵੀਜ਼ਾ ਅਗਰ ਤੁਸੀਂ ਅਪਲਾਈ ਕਰਦੇ ਹੋ, ਅਗਰ ਤੁਹਾਡੀ ਪਲੱਸ ਟੂ ਕੀਤੀ ਹੈ ਤੁਸੀਂ ਪਿਛਲੇ ਇੱਕ ਸਾਲ ਦੇ ਵਿੱਚ, ਜ਼ਿਆਦਾਤਰ ਇਸ ਚੀਜ਼ਾਂ ਨੂੰ ਰੱਖੋ, ਮੈਕਸੀਮਮ 2 ਸਾਲ ਹੈ, ਬਟ 2 ਸਾਲ ਵਾਲਾ ਸਿਸਟਮ ਹੁਣ 21 ਪਾਸਵਰਡ ਮੰਨ ਕੇ ਚੱਲੋ, ਕਿਉਂਕਿ ਜੁਲਾਈ ਜੇ ਮਿਸ ਕਰ ਗਏ ਤਾਂ ਇਸ ਤੋਂ ਬਾਅਦ ਵਾਲੇ ਜਿਹੜੇ ਸਨੈਰੀਓ ਨੇ ਉਹਦੇ ਵਾਸਤੇ ਮੈਂ ਦੱਸਦਾ, 2021 ਜਾਂ 2022 ਪਾਸਵਰਡ ਜਿਹੜੇ ਹੋਣਗੇ, ਜਾਂ ਤੁਸੀਂ ਅਜੇ ਤਾਂ 20 ਵਾਲੇ ਹੈਗੇ ਨੇ ਆਪਸ਼ਨ, ਲੇਕਿਨ ਲਿਮਿਟਡ ਟਾਈਮ ਹੈ। ਤਾਂ ਪਿਛਲੇ 1 ਤੋਂ 2 ਸਾਲ ਦੇ ਵਿੱਚ ਅਗਰ ਤੁਹਾਡੀ ਪਲੱਸ ਟੂ ਕੀਤੀ ਹੈ, ਤੁਸੀਂ ਇੱਕ ਚੀਜ਼ ਮੈਂ ਵਿੱਚੋਂ ਦੱਸ ਰਿਹਾ, ਤੁਹਾਨੂੰ ਸਪੇਲ ਕਰ ਰਿਹਾ, ਯੂਨੀਵਰਸਿਟੀਜ਼ ਅਗਰ ਐਡਮਿਸ਼ਨ ਨਹੀਂ ਦੇ ਰਹੀਆਂ ਜ਼ਿਆਦਾ ਗੈਪ ਨਾਲ, ਤਾਂ ਸਮਝ ਲਓ ਵੀਜ਼ਾ ਵੀ ਰਿਸਕ 'ਚ ਹੈ। ਯੂਨੀਵਰਸਿਟੀ ਨੇ ਵੀਜ਼ਾ ਲੈਣਾ ਹੁੰਦਾ, ਉਹਨਾਂ ਨੂੰ ਇੰਟਰਨਲ ਇਨਫੋਰਮੇਸ਼ਨ ਹੁੰਦੀ ਹੈ ਕਿ ਬੈਸਿਕ ਕਿਸ ਤਰ੍ਹਾਂ ਦੇ ਪ੍ਰੋਫਾਈਲ 'ਤੇ ਵੀਜ਼ਾ ਦੇਵੇਗੀ। ਤਾਂ ਇਹ ਚੀਜ਼ਾਂ ਇੰਟਰਕਨੈਕਟਡ ਹੁੰਦੀਆਂ ਨੇ। ਤਾਂ ਅਗਰ ਯੂਨੀਵਰਸਿਟੀ ਤੁਹਾਨੂੰ 1-2 ਸਾਲ ਦੇ ਗੈਪ ਤੋਂ ਬਾਅਦ ਐਡਮਿਸ਼ਨ ਨਹੀਂ ਦੇ ਰਹੀ, ਤਾਂ ਮਤਲਬ ਵੀਜ਼ਾ ਵੀ ਰਿਸਕ 'ਚ ਹੈਗਾ। ਪਲੱਸ ਟੂ ਕੀਤੀ ਹੈ, ਪਿਛਲੇ 2 ਸਾਲ ਦੇ ਅੰਦਰ ਅੰਦਰ ਟਾਈਮ ਹੋਇਆ ਹੋਵੇ, ਜ਼ਿਆਦਾ ਗੈਪ ਨਾ ਪੈ ਗਿਆ ਹੋਵੇ, ਤਾਂ ਤੁਸੀਂ ਵਿਦ ਜਸਟੀਫਿਕੇਸ਼ਨ ਜਾਂ SOP ਵਗੈਰਾ ਬਣਾ ਕੇ ਆਪਣੀ ਫਾਈਲ ਜਿਹੜੀ ਹੈ ਪ੍ਰੈਜੈਂਟ ਕਰ ਸਕਦੇ ਹੋ, ਐਮਬੈਸੀ ਨੂੰ ਵੀਜ਼ਾ ਵਾਸਤੇ ਲਗਾ ਸਕਦੇ ਹੋ, ਐਂਡ ਵੀਜ਼ਾ ਉੱਥੇ ਆਉਂਦਾ। ਅਕੈਡਮਿਕ ਸਕੋਰ ਮੋਰ ਦੈਨ 60% ਜਾਂ 65-70% ਹੋਏਗਾ, ਆਰਟਸ ਥੋੜ੍ਹੀ ਦਿੱਕਤ ਰਹਿੰਦੀ ਵੀਜ਼ਾ ਦੇ ਵਿੱਚ, ਬਾਕੀ ਸਟ੍ਰੀਮ ਦੇ ਵਿੱਚ ਥੋੜ੍ਹਾ ਈਜ਼ੀ ਰਹਿੰਦਾ। ਫਿਰ ਗੱਲ ਆਉਂਦੀ ਹੈ ਹੋਰ ਪ੍ਰੋਫਾਈਲ, ਹੁਣ ਇਹ 'ਚ ਆਇਲਸ ਓਵਰਆਲ 6, ਨੋਟ ਲੈਸ ਦੈਨ 5.5, 1 ਮੋਡਿਊਲ, ਇਹ ਨੇ ਫੁੱਲੀ ਵੀਜ਼ਾ ਵਾਸਤੇ ਐਲੀਜੀਬਲ ਪ੍ਰੋਫਾਈਲ। 6 ਇੰਚ ਹੋਣ 'ਤੇ ਉਹ ਤਾਂ ਚਲੋ ਹੋਰ ਵਧੀਆ ਹੁੰਦਾ। ਹੁਣ ਜਿਨ੍ਹਾਂ ਨੇ ਬੈਚਲਰ ਕੀਤੀ ਹੋਈ ਹੈ ਜਾਂ ਮਾਸਟਰ ਵੀ ਕੀਤੀ ਹੋ ਸਕਦੀ ਹੈ ਇੱਥੇ, ਉਹਨਾਂ ਬੱਚਿਆਂ ਲਈ ਥੋੜ੍ਹਾ ਜਿਹਾ ਟ੍ਰਿਕੀ ਹੋ ਜਾਂਦੀਆਂ ਚੀਜ਼ਾਂ, ਕਿਉਂਕਿ ਕਈ ਬੱਚੇ ਇੱਦਾਂ ਦੇ ਨੇ ਜਿਹੜੇ ਐਕਚੁਅਲ 'ਚ ਜੋਬ ਕਰ ਰਹੇ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ। 6.5 ਬੈਂਡ ਲਓ ਤੁਸੀਂ, ਉੱਥੇ ਫਿਰ ਮਾਸਟਰ ਕਰਨ ਜਾਓ, ਇੱਥੇ ਬੈਚਲਰ ਕੀਤੀ ਹੈ, ਮਾਸਟਰ 'ਚ ਐਡਮਿਸ਼ਨ ਲਓ, ਗੈਪ ਵਗੈਰਾ ਨਹੀਂ ਹੈਗਾ। ਜੇ ਹੈਗਾ ਤਾਂ ਤੁਹਾਡਾ ਔਨ ਰਿਕਾਰਡ ITR ਭਰ ਰਹੇ ਹੋ, ਜੋਬ ਦੇ ਪਰੂਫ ਨੇ, ਤੁਹਾਡੇ ਕੋਲ ਅਕਾਊਂਟ 'ਚ ਸੈਲਰੀ ਆ ਰਹੀ ਸੀ, ਸਭ ਕੁਛ ਹੈ। ਮਤਲਬ ਇੱਕ ਜੋ ਜੋਬ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜੈਨੂਅਨ ਜੋਬ ਦੇ ਵਿੱਚ, ਉਹ ਸਾਰਾ ਕੁਛ ਹੈ। ਤਾਂ ਮੈਸੀ ਨੂੰ ਪਤਾ ਹੈ ਕਿ ਇਹ ਜੈਨੂਅਨ ਪ੍ਰੋਫਾਈਲ ਹੈ, ਫਿਰ ਚਾਹੇ 4-5 ਸਾਲ ਦਾ ਗੈਪ ਹੈਗਾ, ਕੋਈ ਚੱਕਰ ਨਹੀਂ, ਵੀਜ਼ਾ ਆਉਂਦਾ ਵਿਦ ਜਸਟੀਫਿਕੇਸ਼ਨ। ਹੁਣ ਇੱਕ ਉਹ ਪ੍ਰੋਫਾਈਲ ਹੁੰਦਾ ਜੀ 7-8 ਸਾਲ ਤਾਂ ਕੁਛ ਨਹੀਂ ਕਰੇ, ਕਿਦਮ ਉੱਠ ਕੇ ਜੀ ਸੁਣਿਆ ਆਸਟ੍ਰੇਲੀਆ ਖੁੱਲ੍ਹ ਗਿਆ, ਇੱਦਾਂ ਦੇ ਪ੍ਰੋਫਾਈਲ ਦੇ ਉੱਪਰ ਡਾਕੂਮੈਂਟ ਜਿਹੜੇ ਹੈ, ਅਗਰ ਤੁਸੀਂ ਜੋਬ ਨਹੀਂ ਕੀਤੀ ਤਾਂ, ਅਗਰ ਤੁਸੀਂ ਅਰੇਂਜਮੈਂਟ ਕਰਦੇ ਹੋ ਤਾਂ ਮੈਸੀ ਵੈਰੀਫਾਈ ਕਰਦੀ ਹੈ। ਆਹੀ ਹੁਣ ਪ੍ਰੋਫਾਈਲਸ ਦੇ ਵਿੱਚ ਹੋਇਆ ਜਿਨ੍ਹਾਂ ਨੇ ਸਮਝਿਆ ਸੀਗਾ ਕਿ ਫੋਰ ਗਰਾਂਟਡ ਹੈ, ਆਸਟ੍ਰੇਲੀਆ ਨੂੰ ਪਤਾ ਨਹੀਂ ਕਿੰਨੀ ਕੁ ਜ਼ਿਆਦਾ ਲੋੜ ਪੈ ਗਈ ਕਿ ਉਹਨਾਂ ਨੂੰ ਪੈਸਾ ਹੀ ਦਿਖਦਾ, ਬਸ ਉਹ ਵੀਜ਼ੇ ਦੇਣਗੇ। ਵੀਜ਼ੇ ਦੇਣਗੇ ਦੋਸਤੋ, ਹਾਈ ਸਕਸੈਸ ਕਿੱਥੇ ਰਹਿਣਾ, ਰੀਸੈਂਟ ਪਾਸਪੋਰਟ ਐਪਲੀਕੈਂਟ ਦਾ ਰਹਿਣਾ ਜਾਂ ਆਫਟਰ ਗ੍ਰੈਜੂਏਸ਼ਨ ਜਿੰਨਾ ਕੋਈ ਐਕਚੁਅਲ 'ਚ ਜੈਨੂਅਨ ਜੋਬ ਦੇ ਡਾਕੂਮੈਂਟ ਹੈਗੇ ਨੇ ਅਤੇ ਆਇਲਸ ਸਕੋਰ ਵਧੀਆ। ਮਤਲਬ ਯੂਨੀਵਰਸਿਟੀ ਕੈਟੇਗਰੀ ਵਾਸਤੇ ਜਿਹੜੇ ਪ੍ਰੋਫਾਈਲ ਐਲੀਜੀਬਲ ਨੇ ਉੱਥੇ ਵੀਜ਼ਾ ਦੇ ਚਾਂਸ ਅੱਛੇ ਨੇ, ਨਹੀਂ ਤਾਂ ਬੱਚੇ ਮੇਰੇ ਕੋਲ ਵੀ ਆਉਂਦੇ ਨੇ, ਓਵਰਆਲ 5.5 ਬੈਂਡ ਨੇ, PTE 'ਚ 50 ਪੂਰੇ ਬਣਦੇ ਨੇ ਜੀ, ਡਿਪਲੋਮਾ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਹਾਂ, ਕਾਲਜ ਦੇ ਵਿੱਚ ਕੋਈ ਕੋਰਸ ਲੈ ਲੈਂਦੇ ਹਾਂ, ਤਾਂ ਸਕਸੈਸ ਰੇਟ ਘੱਟ ਰਹਿਣਾ। ਜੇ ਹੋਰ ਕੋਈ ਰਾਹ ਹੈ ਨਹੀਂ ਤਾਂ ਉੱਥੇ ਤੁਸੀਂ ਆਪਣਾ ਲੱਕ ਟਰਾਈ ਕਰ ਸਕਦੇ ਹੋ, ਬਟ ਵੀਜ਼ਾ ਸਕਸੈਸ ਵਾਸਤੇ ਮੈਂ ਜਿੱਦਾਂ ਤੁਹਾਨੂੰ ਪ੍ਰੋਫਾਈਲ ਦੱਸੀ ਉਹ ਚੂਜ਼ ਕਰੋ। ਨਹੀਂ ਤਾਂ ਬੈਸਟ ਕੀ ਹੈ, UK ਅਪਲਾਈ ਕਰ ਸਕਦੇ ਹੋ, UK ਵਿੱਚ ਕੋਈ ਦਿੱਕਤ ਨਹੀਂ ਹੈ, ਪਲੱਸ 2 ਤੋਂ ਬਾਅਦ ਵੀ ਸਫੀਸ਼ੀਐਂਟ ਗੈਪ ਉਹ ਲੈ ਲੈਂਦੇ ਨੇ, ਗ੍ਰੈਜੂਏਸ਼ਨ ਤੋਂ ਬਾਅਦ ਵੀ ਜ਼ਿਆਦਾ ਡਾਕੂਮੈਂਟੇਸ਼ਨ ਨਹੀਂ ਮੰਗਦੇ, ਤਾਂ ਤੁਹਾਨੂੰ ਇਹ ਵੀ ਸੋਚਣਾ ਪਏਗਾ ਕਿ ਕੀ ਤੁਹਾਡੇ ਵਾਸਤੇ UK ਬੈਸਟ ਨਹੀਂ ਹੈ। ਐਵੇਂ ਹੀ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ, ਬਿਨਾਂ ਕਿਸੇ ਚੈੱਕ ਦੇ ਸਿਰਫ ਕਿਸਮਤ ਟਰਾਈ ਕਰਨੀ ਆਸਟ੍ਰੇਲੀਆ ਦੇ ਵਿੱਚ, ਤਾਂ ਉਹ ਥੋੜ੍ਹੀ ਦਿੱਕਤ ਆ ਸਕਦੀ। ਜੇ ਐਲੀਜੀਬਲ ਹੋਵੋਗੇ ਅਸੀਂ ਆਸਟ੍ਰੇਲੀਆ ਅਪਲਾਈ ਕਰਾਂਗੇ, ਨਹੀਂ ਤਾਂ ਅਸੀਂ ਸਾਹਮਣਾ ਕਰ ਦਾਂਗੇ ਅਗਰ ਜਿਹੜੀ ਕੰਟਰੀ ਤੁਹਾਡੇ ਲਈ ਬੈਸਟ ਹੁੰਦੀ ਵੀਜ਼ਾ ਦੇ ਐਂਗਲ ਤੋਂ। ਸਾਡੀ ਟੀਮ ਉਹੀ ਗਾਈਡ ਕਰੇਗੀ। ਗਾਈਡੈਂਸ ਚਾਹੁੰਦੇ ਹੋ ਤਾਂ 9410-9400 'ਤੇ ਕਾਲ ਕਰ ਲਓ, ਔਫਿਸ ਆ ਕੇ ਮਿਲਣਾ ਚਾਹੁੰਦੇ ਹੋ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਜੋ ਵੀ ਬ੍ਰਾਂਚ ਤੁਹਾਨੂੰ ਨੀਅਰ ਬਾਏ ਪੈਂਦੀ ਉੱਥੇ ਆ ਕੇ ਤੁਸੀਂ ਮਿਲ ਸਕਦੇ ਹੋ। ਅੱਜ ਲਈ ਦੋਸਤੋ ਇੰਨਾ ਹੀ, ਧੰਨਵਾਦ।